ਮੇਰੀ ਧੀ ਬਸ ਕਿ ਵਣਾ ਅੱਬਾ ਜੀ ਮੈਂ ਤਾਰੇ ਵਾਸਤੇ ਖੀਰ ਬਣਾਇਆ ਆਪਣੇ ਹੱਥਾਂ ਨਾਲ ਕੀ ਖੀਰ ਬਣਾਇਆ ਪੁੱਤਰ ਇਤਨਾ ਖਰਚਾ ਓਹੋ ਉਹ ਤਾਂ ਮੈਂ ਚਾਚੀ ਦੇ ਘਰ ਬਣਾਵਣ ਗਈ ਹਾਂ ਤੇ ਹੂੰ ਤਾਰੇ ਵਾਸਤੇ ਦੇ ਛੋੜੀਏ ਅੱਛਾ ਤੇਰੀ ਚਾਚੀ ਭੇਜੀਏ ਸ਼ਾਬਾਸ਼ ਸ਼ਾਬਾਸ਼ ਇਹ ਖੀਰ ਤੇਰੀ ਚਾਚੀ ਪਾ ਦੇ ਦਿੱਤੀ ਹੈ ਜੀ ਅੱਬਾ ਸਹੀ दरबार भी चावल गना दूजे चलते घर है लंगर आले चावल खुआ पैसे गिंदी लांती शर्म नहीं आती मैं खुश थी गया एडू नी घर का खर्चा बच गया आते पैसे मंगन पै गए जी मेरी जी मेरे को ना पैसे दो मैं बाजार में नहीं अपने कपड़े गिनन देखो मेरा सूट कितना पुराना थी गया ए 2 साल पहले तो को सूट का गिना देता बहुत पुराना थी गया ए देख पुत्र मेरे सूट ले ए 10 साल मेरे अबे से ही पाता 15 साल मैं भुक्के ना गए हां 5 साल तक डा नहीं पाता उसे वाह ए जना तुसा मर दो ना ए तोडे मरण दे बाद मैं पैसा मैं मर सारे तू पैसे मैं वसीयत करते वैसा जो मेरा ये सूट इंसान पावे रिच ना पावे तू पैसे मेरी दी पैसे चाहिए दें तेको जी अब्बा ओए देवा मेरी दी ओए देवा पूरा 200 रुपया मेरी थी अच्छा अब्बा हां देख जितने दा सूट आवे घिन घिनी बाकी पैसे मेको आंडे भी मेरी थी अच्छा अब्बा तेको बाकी दा चकला कर लेवा मैं तू ही जोगा होवे हां साकु लंगर दे चावल खवावे मेरी धी 200 रुपया घिन तकी अल्लाह करे दुकान ही बंद हो गए तुम होंगे बादल होंगे रक्स में सिर्फ और कुप्पी होगी ਕਰਮੂਆ ਹਾਂ ਤੇ ਰੋਜ਼ ਤੱਕ ਕਿਆ ਪਾਣੀ ਪੀਣਾ ਖੜਾਉਨੇ ਵੇ ਯਾਰ ਮੈਂ ਇੱਕ ਰੋਗ ਦੇਦਾ ਮੈਂ ਜਿਵੇਂ ਤੂੰ ਗੁਜ਼ਰਦਾ ਨਾ ਆਪਣੀ ਦੁਕਾਨ ਤੇ ਵੇਨਾ ਹਾਂ ਹਾਂ ਤੇ ਰੋਜ਼ ਤੇ ਪੀਂਦਾ ਹੁੰਦੇ ਇਹ ਮੈਂ ਕੋ ਲੱਗਦੇ ਰੂਫਦਾ ਪੀਂਦੇ ਰੂਫਦਾ ਪੀਂਦੇ ਹਾਂ ਕੋਈ ਬੋਲਦੇ ਮੈਨੂੰ ਕੋ ਉਤਰੇ ਲੱਗੀ ਪੀਏ ਮੈਂ ਵੀ ਰੂਫਦਾ ਪੀਸਾਂ ਹੈ ਹਾਂ ਮੈਂ ਕੋ ਲੱਗੇ ਜਲ ਜਲ ਓ ਇਹ ਸਾਰਾ ਛੇਕ ਨਾ ਮੰਨੇ ਜਲਦੀ ਪੀਨੇ ਆ ਗੁੱਟ ਗੁੱਟ ਪੀਸਾਂ ਤੇ ਕੋ ਮੈਂ 5 ਡੀ ਚਲੇ ਸਾਂ बंदा पी के हवावां दे बाद लाला जी अच्छा आसमान तले आवन दे कोई ਇਹ ਲਾਲਾ ਜੀ ਪੈਸਾ ਨਾ ਲੰਦੀ ਮੈਂ ਕੋ ਪਤਾ ਹੈ ਸਾਰਾ ਦਿਨ ਮੈਂ ਪਿੰਦਾ ਰਹਿ ਗਏ ਅੱਛਾ ਅੱਛਾ ਹੁਣ ਦੱਸ ਤਬ ਕਿਵੇਂ ਨੇ ਸੰਦੂ ਇਹ ਲਾਲਾ ਜੀ 250 ਰੁਪਏ ਕੋਈ ਆਮ ਰਕਮ ਤਾਂ ਕਹੇ ਨਹੀਂ ਆਹਾ ਮੈਂ ਕੋ ਪਤਾ ਲਾਲਾ ਜੀ ਸਾਰਾ ਦਿਨ ਮੈਂ ਪਿੰਦਾ ਰਹਿ ਗਏ ਤੂੰ ਸਾਦੇ ਮੁਫਤ ਚ ਪਿਲਾਓ ਯਾਰ ਅੱਛਾ ਇਹ ਗੱਲ ਨਾ 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 ਤੂੰ ਸਾਡਾ ਬਿਨਾ ਹੈ ਅੱਛਾ ਤੇ ਕੋ 250 ਦਾ ਦੇ ਦਿੱਤਾ ਹਾਂ ਠੀਕ ਹੈ ਦੇ ਦਿੱਤੇ ਹਾਂ ਵਪਾਰ ਤੇ ਵਪਾਰ ਲਾਲਾ ਜੀ ਇਹ ਤੇ 250 ਦੀ ਕੁੱਪੀ ਆਈ ਹੈ ਨਾ ਮੈਂ ਗਿਆ ਰਕਸ਼ੇ ਚ ਪੰਜਾੜੀ ਤੇ ਰਕਸ਼ੇ ਲੈ ਕੋ ਅੱਛਾ ਲਾਲਾ ਜੀ ਕਿੰਨੀ ਥੀ ਗਏ 300 300 ਥੀ ਗਏ ਖਰੇ ਸਹੀ ਖਰੇ ਬਿਲਕੁਲ ਬਿਲਕੁਲ ਠੀਕ ਹੈ ਨਾ ਬਿਲਕੁਲ ਬਿਲਕੁਲ
कितने दी पै गई है? 300 दी। ते वापसी रक्षे ते आया? बल रक्षे ते आई। पंजाब वाला डिते पैदल मर सकदा है? पैदल की में आवा 6-4 खड़न लगा। अच्छा अच्छा, ये देखी कलाई 350 दी। 350? वाह 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 वाह। ठीक है भाई, रस्ते च मैं को रोके ने पुलिस वाले। पुलिस वाले क्या काम है? ये जरूरी होंदे ना अपना टोल प्लाजा जी में गाड़ियां दे ने। अच्छा को इना दा भी ਇਨਾ ਦਾ ਵੀ ਟੂਲ ਪਲਾਜ਼ਾ ਦੇ ਬਣਾਉਂਦੇ ਇਹ ਉਹ ਪੁੱਤ ਟਰੱਕ ਗਲ ਗਲ ਦਾ ਪਿਆ। ਅੱਛਾ ਅਸਲੀ ਗੱਲ ਮੰਨ ਕੀਤੀ ਏ 300 ਨਾ ਗੁੜੀ 300 ਨੇ ਗੁੜੀ ਤੇ ਇਹ ਠੀਕ ਹੈ 650 650 ਚਲੋ ਅਸੀਂ ਹੁਣ ਮੇਰੀ ਗੱਲ ਗੌਰ ਨਾਲ ਸੁਣੋ ਤੁਸੀਂ। ਹਾਂ ਫਰਜ਼ ਕਰੋ ਮੈਂ ਤੋ 300 ਨਹੀਂ ਦਿੱਤੇ ਦਿੱਤੇ 300 ਕਿਤਨਾ ਤੇ ਆ ਗਏ ਤੈਨ ਕਨੇ 300 ਆ ਗਏ ਨੇ ਭਾਈ ਜਾਨ 300 ਆ ਗਏ 300 ਸਾ ਤੇ ਕੋ ਕੱਲ ਦੇ ਸੂ ਕੱਲ ਦੇ ਸੂ ਕਿਤਨਾ ਆ ਗਏ 600 ਆ ਗਏ 600 ਆ ਗਏ ਜੀ ਹਾਂ 100 ਤੇ ਕੋ ਸਾ ਪਰਸੋ ਦੇ ਸੂ ਕਿਤੀ ਸੀ ਗੇ 700 ਠੀਕ ਗੇ ਵਾਲ ਤੇ ਵਾਹ ਵਾ ਮੋਜੀ ਮੋਜਾ 700 ਠੀਕ ਗੇ ਰੁਪਏ ਕਿਤਨੇ ਲੀਏ 650 ਦੀ ਤੈ ਕਨੇ ਕਿਤਨਾ ਆ ਗਏ 700 ਵਾ ਕਿਤਨਾ ਬਚਿਆ 50 ਰੁਪਏ ਤੇਰਾ ਪਿਉ ਦੇ ਸੀ ਸਾ ਕੋ 50 ਇਹ ਵਾਲ ਪਕੜੋ ਮੈਂ ਤੁਹਾਡੇ 50 ਦੀ ਬਰਫ ਗੀ ਲਾਵਾਂ ਓਏ ਇੱਕ ਮਿੰਟ ਮੇਰੀ ਗੱਲ ਸੁਣ ਹੁਣ ਇਹ ਕੁੱਪੀ ਸਾਰੀ ਠੀਕ ਗਈ ਖਾੜੇ ਖਾੜ ਹਾਂ ਸਾਬ ਲਾ ਗਏ 50 ਸਾਡਾ ਬੱਜੇ ਵਪਾਰ ਦੀ ਗੱਲ ਖਾੜ ਯਾਰ ਇੱਕ ਮਿੰਟ ਮੈਂ ਕੋ ਤੁਸਾਂ ਪਰੇਸ਼ਾਨ ਕਰ ਦਿੱਤੇ ਓ ਪਰ ਬਾਤ ਨਹੀਂ ਜਾ ਇਹ ਕੀ ਅਤਰੇ ਦਾ ਫਿਰ ਤਾਂ ਮਰੋ ਮੈਂ ਕੋ ਟੈਨਸ਼ਨ ਠੀਕ ਹੈ ਇਹ ਤੁਸਾਂ ਜਿਹੜੀ ਗੱਲ ਕੀਤੀ ਹੈ ਮੇਰੇ ਨਾਲ ਯਾਰ 650 ਤੁਹਾਡਾ ਆ ਗਏ ਠੀਕ ਹੈ ਠੀਕ ਹੈ ਨਾ ਮੈਂ ਕੁੱਪੀ ਜੀਵਣ ਗਿਆ ਹਾਂ ਮੇਰਾ ਰਸਤੇ ਚ 1500 ਜੇ ਵੀ ਚੋਂ ਨਿਕਲ ਗਏ ਹੁਣ 500 ਦੇ ਜ਼ਿੰਮੇ ਤੁਹਾਡਾ ਕੀਤੀ ਆਇਆ ਪਏ 700 700 ਮੇਰਾ ਬਕਾਇਆ ਕੀਤੀ ਬਚ ਗਏ 1450 1450 ਕੱਢੋ ਹੈ ਓਏ ਇਹ ਕੀ ਨਾ ਬਣੇ ਸੀ ਪਹਿਲੇ ਨਿਸ਼ੇਬ ਨਾ ਕਰ ਛੋੜਾ ਹੈ ਹਾਂ ਇਹ ਨਿਸ਼ੇਬ ਖਰਚੇ ਨਿਸ਼ੇਬ ਨਾ ਕਰ ਏ ਹੈ ਅੱਛਾ ਹੈ ਮਦਾ ਕਰਮੋ ਨਹੀਂ ਮੈਂ ਕਰੀ ਪਾਲਕ ਨਹੀਂ ਪਕਾ ਲਾ ਸੀ ਇਹ ਸਾ ਤੇ 1450 ਦੀ ਸ਼ੇਬ ਕਰਨੇ ਪਿਆ ਬਸ ਇਹ ਕਿਹੜੀ 1450 ਦੀ ਸ਼ੇਬ ਹੈ ਇਹ ਵੀ ਸ਼ੇਬ ਹੈ ਇਹ ਵੀ ਅਮਰੀਕਨ ਸ਼ੇਬ ਹੈ ਇਹ ਸ਼ੇਬ ਤੇ ਲਾਲਾ ਜੀ ਮੈਂ ਕਰਵਾਈ ਬੈਠਾ ਹਾਂ ਹਾਂ ਉਹ ਭੁੱਲ ਗਿਆ ਅੱਛਾ ਲੇਕਿਨ ਸ਼ੇਬ ਕਰਾਉਣੀ ਵੀ ਹੈ ਅੱਛਾ ਵਲਤੀ ਵਿੱਚ ਦੀ ਵਿੱਚ ਠੀਕ ਹੈ ਅੱਛਾ ਪਠਾਣ ਦੇ ਟਾਲ ਦੇ ਉੱਤੇ ਨਾਲ ਜਿਵੇਂ ਮੈਂ ਗੁਜ਼ਰਦਾ ਨਾ ਉਹ ਪਠਾਣ ਅਬਦੁੱਲਾ ਪਠਾਣ ਚੰਗਾ ਹੈ ਜੋ ਨਿੱਕੇ ਪਾਲ ਵੱਧੇ ਰਹੂਹਾ ਯਾਰਾ ਪਠਾਨ ਦਾ ਤੇ ਬੀੜਾ ਖਤਮ ਥੀ ਗਈ ਏ ਯਾਰ ਓਏ ਯਾਰ ਦੇਖ ਪਠਾਨਾ ਮਤਾਂ ਕੁਝ ਵੱਧੀ ਹੋਵੇ ਓਏ ਨਹੀਂ ਯਾਰ ਪਠਾਨ ਦਾ ਬੀੜਾ ਪਠਾਨ ਕੋ ਅਗਰ ਬੀੜਾ ਨਾ ਮਿਲ ਜਾ ਤੇ ਪਠਾਨ ਮਰਦੀ ਏ ਸਾਰੀ ਜ਼ਿੰਦਗੀ ਤੇਰੇ ਨਾਲ ਵਸੇ ਰਹੂੰ ਹਾ ਓਏ ਈ ਬੰਦੇ ਕੋਲੋਂ ਗਿੰਦੀ ਏ ਓ ਸਲਾਮ ਅਲੈਕੁਮ ਵਾਲੇਕੁਮ ਸਲਾਮ ਸਹੀ 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 ਭਾਈ ਜਾਨਾ ਹਮਕੋ ਇੱਕ ਚੁੰਡੀ ਦਿਓ ਚੁੰਡੀ ਦੇਵਾ ਹਾਂ ਇਹ ਕਿਹੜੀ ਗੱਲ ਹੈ ਇੱਕ ਇਹ ਵੀ ਹੋਵੀ ਇਹ ਚੁੰਡੀ ਨਾ ਦਿਓ ਹਾਂ ਹਮਕੋ ਬੀੜੇ ਕਾ ਚੁੰਡੀ ਦਿਓ ਬੀੜੇ ਦੀ ਚੁੰਡੀ ਦੇਵਾ ਤੇ ਹਾਂ ਵਾਹ ਵਾਹ ਬੀੜੇ ਦੀ ਚੁੰਡੀ ਬੀੜੇ ਦੀ ਚੁੰਡੀ ਦੇਵਾ ਤੇ ਪਠਾਨ ਦਾ ਬੀੜਾ ਖਤਮ ਥੀ ਗਿਆ ਤੈਨੂੰ ਪਤਾ ਹੈ ਜਲੇ ਪਠਾਨ ਦਾ ਬੀੜਾ ਖਤਮ ਥੀ ਵਜੇ ਨਾ ਪਠਾਨ ਦਾ ਦਿਮਾਗ ਸ਼ਾਟ ਥੀ ਵਜੇ ਤੇ ਪਠਾਨ ਦਾ ਦਿਮਾਗ ਸ਼ਾਟ ਥੀ ਗਿਆ ਪਠਾਨ ਤੇ ਕੋਈ ਦੁਨੀਆ ਤੋਂ ਸ਼ਾਟ ਕਰ ਰਿਹਾ ਨਾ ਮੁਰਾਦਮ ਕਾਟੇ ਪੈ ਗਏ ਇੱਕ ਚੁੰਡੀ ਦਿਓ ਲੱਗਦੇ ਕੋ ਚੁੰਡੀ ਦੇਵਣੀ ਪੋਸੇ ਇਹਨਾਂ ਚੁੰਡੀ ਤੇ ਫੜੇ ਨਾ ਇਹ ਕਿਹੜਾ ਚੁੰਡੀ ਦੇਂਦਾ ਪਏ ਜਿਹੜੀ ਮੰਗੀ ਆਈ ਉਹ ਪਠਾਨ ਕੋ ਨਵਾਂ ਦੇ ਨਵਾਂ ਦੇ ਓਏ ਸ਼ੁਕਰ ਕਰ ਮੈਂ ਤੇ ਕੋ ਇਹ ਦੇਣਾ ਪਿਆ
ये इहा चुंडी मैं अपने चोले सटा दे एक टाइम दी रोटी पक वजिया। अल्लाह ला ला पठान वड्डे वड्डे कंजूस डिटन पर तैजिया कंजूस नहीं डिटा। पठान वेसी किती दुकान तो गिनती पर ए चुंडी ना गिनती। ओ बाबा माफ कर। ये चंगा पठान ना मुराद मेरी चुंडी कढवा रखी इस नसवार अली मैं जाया थोड़ी थी वंडे सा ये वाल रखे सा मैं कनु आया भी नसवार री चुंडी की ना मेरा रिकॉर्ड बनन जाने वे ए ओए करमुआ पठान दा टल खा लिए मैं करमु की नहीं घूमती गई मैं तवदा काम थी आज नु ਜੇ ਪਠਾਨ ਦੇ ਟਾਲ ਆਪ ਰੋਜ਼ ਉਡਣਦਾ ਤਾਂ ਕੋ ਉਡਣ ਨਾ ਦੇਣਾ ਹੋ ਦੇਖ ਅਸਾਂ ਜਿਹੜਾ ਨਾ ਇੱਕ ਪੀਸੂ ਨਾ ਅਸੇ ਉੱਤੇ ਉਡਣ ਸੂ ਓਏ ਇਵੇਂ ਓਏ ਅਸਾਂ ਹਰ ਸ਼ੇ ਦੇਖ ਤੂੰ ਤਲੇ ਮੇਰੀ ਗੱਲ ਸੁਣ ਪਹਿਲੂ ਕੋ ਮੈਂ ਵੀ ਸਾ ਮੈਂ ਪਹਿਲੇ ਤੇ ਸਾ ਤੂੰ ਕਿਉਂ ਓ ਤੇਰੇ ਬਦਨ ਢੇਰ ਤੂੰ ਤਾਂ ਸਾਰੀ ਮੁਕਾਬਲੇ ਸੇ ਮਾਲੀ ਨਾ ਉਡਣ ਸੇ ਮੈਂ ਵੀ ਸਾ ਮੈਂ ਦਾ ਪਿਆ ਆਉਂ ਮੈਂ ਕਿਤੇ ਨਹੀਂ ਆਉਂ ਮੈਂ ਕਿਤੇ ਨਹੀਂ ਯਾਰ ਇਵੇਂ ਨਾ ਕਰ ਵੀਟੀ ਨਾ ਪਾਵੇਂ ਤੇ ਗੋਦਾ ਪਿਆ ਨਾ ਪਹਿਲੇ ਮੈਂ ਪੀ ਸਾ ਉਹ ਤੇ ਪਹਿਲੇ ਤੂੰ ਵੀ ਸੇ ਹਾਂ ਮੈਂ ਪੀ ਸਾ ਬੋਲਾ ਮੇਰੀ ਇੱਕ ਸ਼ਰਤ ਹੈ ਹਾਂ ਮੈਂ ਤਾਂ ਬਧੇ ਸਾ ਠੀਕ ਹੈ ਜਿਵੇਂ ਤੂੰ ਕੱਲਾ ਨਾ ਉਡਲ ਬੰਨੀ ਅੱਛਾ ਹਾਂ ਚਲੋ ਇਹ ਤੇਰੀ ਸ਼ਰਤ ਮੈਂ ਕਰ ਦੂੰਗਾ ਹਾਂ ਜਲਦੀ ਕਰ ਮੈਂ ਤੇਰੇ ਲੱਤ ਮਾਰ ਦੂੰ ਯੋ ਕਿਆ ਕੀ ਪੀ ਵਾ ਪਾਜਿੱਤਾ ਮੈਂ ਤੇ ਕੋੜੀ ਹੈ ਵੇ ਪਰ ਬਾਤ ਥੀ ਵੇ ਕੋੜੀ ਸ਼ਾ ਪੀਸੇ ਤਾਂ ਉਡਰ ਸੂ ਇਹ ਕੀ ਮੈਂ ਉਡਰ ਸੂ ਅੱਛਾ ਹਾਂ ਅੱਛਾ ਇਹ ਤੇ ਕੋ ਘਟ ਭਰਣਾ ਪੋਸੀ ਹਾਂ ਪਦਿੱਤਾ ਕੁਝ ਥੀ ਨਾ ਪਏ ਓਏ ਕੁਝ ਨਹੀਂ ਬਹੁ ਕੁਝ ਨਾ ਪਏ ਨਾ ਵੇ ਮੈਂ ਉੱਡਦਾ ਪਿਆ ਉੱਡਦਾ ਬਈ ਹਾਂ ਲੰਮਾ ਵੇ ਲੰਮਾ ਹਾਂ ਹਾਂ ਜਹਾਜ਼ ਬਣ ਕੇ ਤਾਂ ਉੱਡ ਸਕਦਾ ਇਹ ਦੇ ਓਏ ਆ ਇਹਨੂੰ ਮੈਂ ਉੱਡਦੇ ਓਏ ਕੀ ਉੱਡਦੇ ਮੈਂ ਹੱਥ ਖੋਲ ਮੈਂ ਉੱਡਦੇ ਨੇ ਤਾਂ ਪਰ ਉੱਡਦਾ ਪਿਆ ਮੈਂ ਅੱਛਾ ਓਏ ਇਹ ਘੁੱਟ ਗਿਆ ਲਾ ਵੇ ਜਹਾਜ਼ ਇਹ ਉੱਚ ਓਏ ਪਾਣੀ ਲਿਆ ਵੇ ਓਏ ਕੀ ਇਹ ਖਾਣਾ ਖਰਾਬ ਦਾ ਬੱਚੀ ਓਏ ਖਾਣਾ ਖਰਾਬ ਦਾ ਬੱਚੀ ਓਏ ਮੈਂ ਰੋਜ਼ਾਨਾ ਕਮੇਡ ਟਾਲ ਤੋਂ ਲੱਕੜੀਆਂ ਚੋਰੀ ਦੀ ਵੰਜੇ ਇਹ ਤੂੰ ਸਾ ਡੁਆਏ ਚ ਓਏ ਕਹਿੰਦਾ ਓਏ ਓਏ ਕਹਿੰਦਾ ਓਏ ਸਾ ਤੂੰ ਨਾ ਆਇਆ ਓਏ ਓਏ ਖਾਣਾ ਖਰਾਬ ਦਾ ਓਏ ਕਹਿੰਦਾ ਬਸ ਓਏ ਮੈਂ ਤੇ ਕਰਮੂ ਨਹੀਂ ਹੈ ਕਹਿੰਦਾ ਬੱਚੀ ਤੂੰ ਓਏ ਬਰਬਾਦ ਦੀ ਵੇ ਕਰੇ ਦੀ ਪਈਏ ਬਰਬਾਦ ਦੀ ਵੇ ਲਾ ਲਾ ਨਾ ਤੇ ਖੜ ਮੈਂ ਹੁਣ ਇਸ ਤਰ੍ਹਾਂ ਕੋਈ ਬੰਦੋਬਸਤ ਕਰੇ ਦੀ ਹੈ ਖੜ ਤੂੰ ਪਠਾਨ ਕੋ ਤੰਗ ਕਰੇ ਦੀ ਹੈ ਅੱਜ ਪਠਾਨ ਇਹ ਹੀ ਘੁੰਮਰੇ ਸੀ ਅੱਜ ਫੇਰ ਵਜ਼ਨੀ ਹੈ ਪਠਾਨ ਦਾ ਕੋਈ ਚੀਜ਼ ਸ਼ਾਟ ਹੈ ਹਾਂ ਪਠਾਨ ਦਾ ਨਸਵਾਰ ਸ਼ਾਟ ਹੈ ਹੁਣੇ ਹੁਣੇ ਪਠਾਨ ਦਾ ਤਾਕਤ ਵਧੀ ਪੁੱਛ ਸੀ ਤੁਹਾਡੇ ਕੋਲੋਂ ਪਾਗਲ ਦਾ ਬੱਚੀ ਪਠਾਨ ਦਾ ਤਾਕਤ ਵੱਧ ਗਈ ਏ ਪੁੱਛਦੀ ਏ ਹੁਣੇ ਪੁੱਛਦੀ ਏ ਤੁਹਾਡੇ ਕੋਲੋਂ ਹੁਣੇ ਪੁੱਛਦੀ ਏ ਅੱਜ ਤੇਰਾ ਦੀ ਪਠਾਨ ਚੌਂਕਣਾ ਦੇ ਸੀ ਆ ਅਜੀ ਤਾਂ ਬਰਬਾਦ ਤੂੰ ਆਵਾਜ਼ ਤੋਂ ਡਰਦੀ ਏ ਹਰ ਪਠਾਨ ਇੱਕ ਹੋਰ ਚੀਜ਼ ਚਾਹ ਕੇ ਉਸ ਖਾਣਾ ਖਰਾਬ ਦਾ ਬੱਚੀ ਪਠਾਨ ਦੇ ਟਾਲ ਹੈ ਚੋਰੀ ਹੁਣ ਪਠਾਨ ਪੁੱਛਦੀ ਏ ਹੁਣ ਕਿਆ ਕਰ ਆਪਾਂ ਬਰਬਾਦ ਦੀ ਵੇ ਓਏ ਧੋਲ ਓਏ ਪਠਾਨ ਤੇ ਤੇਲ ਕੱਢੀ ਕੜੇ ਓਏ ਪਠਾਨ ਚਲੋ ਤੇਲ ਦਾ ਬਰਬਾਦ ਕੀ ਦੀ ਤਾਂ ਮੈਂ ਬਰਬਾਦ ਕੀ ਦਾ ਅੱਜ ਪੁੱਛਦੀ ਏ ਪਠਾਨ ਦੇ ਟਾਲ ਹੈ ਚੋਰੀ ਖਾਣਾ ਖਰਾਬ ਦਾ ਬੱਚੀ ਅੱਜ ਪੁੱਛਦੀ ਏ ਪਠਾਨ ਤੇਰੇ ਕੋਲੋਂ ਪਠਾਨ ਦੇ ਟਾਲ ਚ ਕੁੱਤਾ ਹੀ ਵੜ ਜਿਓ ਸੁਚੇ ਨੇ ਕਿ ਪਠਾਨ ਦੇ ਟਾਲ ਚ ਵੇਂਦੀ ਪਈ ਆ ਅੱਜ ਪੁੱਛਦੀ ਏ ਪਠਾਨ ਤੇਰੇ ਕੋਲੋਂ ਖਾਣਾ ਖਰਾਬ ਦਾ ਬੱਚੀ ਕਿੱਥੇ ਗਈ ਏ ਓਏ ਖਾਣਾ ਖਰਾਬ ਦਾ ਓਏ ਚੋ
ਓਏ ਦੀ ਗੱਲ ਸੁਣੀ ਇਹ ਜਗਨ ਦਾ ਸਪੈਕਟਰ ਜਿਹੜਾ ਸਾਡੇ ਇਲਾਕੇ ਚ ਆਇਆ ਨਾ ਤੇ ਖਾਣ ਕੋ ਕੁਝ ਨਹੀਂ ਮਿਲਦਾ ਨਾ ਕੋਈ ਚੋਰੀਆਂ ਥੀ ਨਾ ਉਹ ਹੁਣ ਤਾਂ ਭੁੱਖ ਮਰਦੇ ਪਏ ਕੋਈ ਗੱਲ ਸੁਣ ਭੁੱਖ ਤਾਂ ਉਵੇਂ ਮਰਦੇ ਪਏ ਕੋਈ ਕੋਈ ਡੋੜਾ ਸੋੜਿਆ ਤਾਂ ਸੁਣਾ ਮੇਰਾ ਨਾਂ ਹੈ ਹੈਂਡਲ ਮੈਂ ਪੈਂਦਾ 8 ਨੰਬਰ ਸੈਂਡਲ ਇਸ ਕੋਲ ਓਏ ਆਰਾਮ ਨਾਲ ਓਏ ਸਾਡੇ ਸਿਰ ਤੇ ਗੁਰਬਾ ਛਾ ਗਈ ਏ ਰੇਡੂ ਨਹੀਂ ਰੱਖਣੇ ਵੇਚ ਦਿੱਤਨ ਤੂੰ ਵੈਂਡਲ ਵੇਦਾ ਅੱਜ ਕੇ ਨਹੀਂ ਓਏ ਮੋਬਾਈਲ ਕਿਦਾ ਹੋਸ਼ਿਆ ਨਾ ਛੋਰੀ ਕੋ ਫੋਨ ਕਰੇ ਸੇ ਆਵਾਂ ਦੇ ਪਰ ਤੇ ਜੇ ਦੇਖੂ ਮਾਰ ਤੇਰਾ ਹੁਲਿਆ ਹੁਣੇ ਠੀਕ ਕਰਵੇ ਨਾ ਆਵਾਂ ਦੇ ਤਾ ਹਾਂ ਸੈ ਵੇਚ ਦੀ ਤਨ ਵੇਚ ਦੀ ਤਨ ਪੈਸਾ ਬਚਾਈ ਹੈ ਯਾ ਤੁਰਾ ਠੀਕ ਹੈ ਉਹ ਚੱਕ ਨਾ ਬਹੁਤ ਤਾਂ ਅਸਲਾਮ ਅਲੈਕੁਮ ਇਹ ਬੋਸ ਥਾਣਾ ਹੈ ਜੇ ਤਾਂ ਤੂੰ ਮਸ਼ਾਇਰੇ ਸ਼ੁਰੂ ਕੀਤੀ ਬੜੇ ਤੋ ਪਤਾ ਨਾ ਨਾ ਇੰਸਪੈਕਟਰ ਜੇ ਦਾ ਯਾ ਨਹੀਂ ਪਤਾ ਮੈਂ ਮੈਂ ਤੇ ਉੱਡੇ ਪੱਖੀ ਦੇ ਦੱਸ ਜਾਣਾ ਨਰ ਕਿਹੜਾ ਕਿ ਮਾਦੀ ਗੜੀ ਹੈ ਗੁਰਦੀ ਨਾ ਤੱਕ ਬੰਦੇ ਸਵਾਲ ਕਹਤੀ ਨਾ ਬਿਆਈ ਤਾਂ ਉਹ ਤਾਂ ਡੋਲੇ ਦੀ ਆਵਾਜ਼ ਆਂਦੀ ਪਈ ਕੌਣ ਮਹਿਫਲ ਚ ਨਹੀਂ ਬੈਠਾ ਇਦਾਂ ਹੁਸੈਨ ਜਗਨ ਦੇ ਤੁਸਾਂ ਆਏ ਵੇ ਈ ਇਲਾਕੇ ਤਾਂ ਕੋਈ ਚੋਰੀ ਨਹੀਂ ਥੀਂਦੀ ਭੁੱਖ ਮਰਦੇ ਪਏ ਹੁਣ ਮਹਿਫਲ ਨੇ ਗਰਮ ਕਰੋ ਡੋਲੇ ਕੌਣ ਆ ਪਿਆ ਤੁਸੀਂ ਹੈਂਡਲ ਸੁਣਾ ਚਾਹ ਦਾ ਪਿਆ ਮੈਂ ਕੱਲ ਕਾਸੇ ਧਾਮਾ ਆਂ ਦਿੱਤੇ ਕੱਲ ਕਾਸੇ ਧਾਮਾ ਆਂ ਦਿੱਤੇ ਤੇਰੀ ਨਾਨੀ ਖੈਰਾ ਮਰ ਗਈ ਏ ਸਿੱਧਾ ਦੀ ਗੱਲ ਸੁਣਾ 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 ਕੱਲ ਕਾਸੇ ਥਾਂ ਮੈਂ ਆਂ ਦਿੱਤੇ ਤੇਰੀ ਨਾਨੀ ਖੈਰਾ ਮਰ ਗਈ ਏ ਪਿਛਲੇ ਹਫਤੇ ਰੱਸੀ ਮਾਰ ਕੇ ਵਲਾ ਮਰ ਗਈ ਕੱਲ ਕਾਸੇ ਥਾਂ ਮੈਂ ਆਂ ਦਿੱਤੇ ਤੇਰੀ ਨਾਨੀ ਖੈਰਾ ਮਰ ਗਈ ਏ ਵਾਹ ਵਤੇ ਟੱਪਦੀ ਹੈ ਇੱਕ ਜਾਂਗੂ ਤੇ ਕਈ ਵੱਡੇ ਨਾਂ ਤੂੰ ਡਰ ਗਈ ਏ ਓ ਮੰਡੀ ਆਈ ਇਹਦੇ ਭਾਲੇ ਹਨ ਕਈ ਸਾਲੇ ਤੂੰ ਬਸ ਠਰਦੀ ਠਰਦੀ ਠਰ ਗਈ ਏ ਤੂੰ ਚੀੜਾ ਕੁੱਠੇ ਕੁੱਲੇ ਤੇ ਕਰ ਹੈਂਡਲ ਜੁਗਾ ਮਰ ਗਈ ਏ ਪਰ ਦੂ ਚੀੜਾ ਕੋ ਰੱਖੇ ਨਹੀਂ ਬਰਾਦਰੀ ਤਰੇ ਆਏ ਸਹੀ ਬਰਾਦਰੀ ਤਰੇ ਤੂੰ ਸਭ ਪਰੇਸ਼ਾਨ ਨਾ ਥੀ ਵੋ ਤੁਹਾਡੇ ਬਸ ਸੀ ਨਹੀਂ ਪਾਵੇ ਚਾਹ ਕੇ ਆਏ ਓਏ ਸਾਡੇ ਸੇ ਕੁਬੂਕਾ ਸਮਝੀ ਓਏ ਪੂਰੀ ਚੀੜੀ ਦੀ ਗੱਲ ਵੈਨੇ ਪਤਾ ਹੈ ਨਾ ਮੇਰਾ ਨਾਂ ਹੈ ਇੰਸਪੈਕਟਰ ਜੇਦਾ ਤੈ ਮੇਰੇ ਵਕੂਏ ਸੁੜੇ ਗਏ ਨਹੀਂ ਹਾਂ ਤੈ ਕੋ ਨਹੀਂ ਪਤਾ ਇਹ ਸਰਦਾਰ ਸਾਹਿਬ ਦੇ ਕਿੰਨੇ ਵਕੂਏ ਹਨ ਕੀ ਕਾਰਨਾਮੇ ਕੀ ਤੰ ਤੁਸੀਂ ਇੱਕ ਦੁਕਾਨ ਨਾਮ ਹੈ ਦੱਸਣਾ ਹੋਆ ਆ ਕੋਈ ਇੱਕ ਵਕੂਆ ਹੋਵੇ ਤਾਂ ਮੈਂ ਤੁਹਾਨੂੰ ਦੱਸਾਂ ਅਸੀਂ ਚਾਰ ਪੰਜ ਸੁਣਾਉ ਦਾ ਤੈ ਪਤਾ ਹੈ ਪਿਛਲੇ ਹਫਤੇ ਹਕੂਮਤ ਨੇ ਇਨਾਮ ਰੱਖਿਆ ਹਨ ਜਿਆ ਨਹੀਂ ਜਿਆ 20 ਇਸ਼ਕਾਰੇ ਦੇ ਉੱਤੇ ਹਾਂ ਉਹ ਕਾਇ ਮਾਰੇ ਹੈ ਮਾਰੇ ਜੀ ਉਹ ਮੈਂ ਮਾਰੇ ਸਾਰੇ ਸਰਦਾਰ ਸਾਹਿਬ ਮਾਰੇ ਔਰ ਹਿੱਕੀ ਗੋਲੀ ਦੇ ਨਾਲ ਮੈਂ ਉਹਨੇ ਕੁਮਾਰ ਦਿੱਤੇ ਇੱਕ ਗੋਲੀ ਨਾਲ ਉਹ ਕਿਵੇਂ ਸਹੀ ਜਲੇ ਪਿਸਤੌਲ ਖੋਲੇ ਮੀ ਹਾਂ ਜੀ ਅਸੀਂ ਪਿਸਤੌਲ ਹੀ ਖਾਲੀ ਹੈ ਉਹ ਕਿਵੇਂ ਮਾਰ ਗਏ ਓਏ ਮੇਰੀ ਦਹਿਸ਼ਤ ਨਾ ਵਾਹ ਜੀ ਵਾਹ ਉਹ ਤੁਹਾਡੇ ਤੇ ਕਰ ਨਾ ਮੈਂ ਵੱਡੇ ਹੋ ਜਾਂਦੇ ਹੋ ਸਰ ਗਰਮ ਗਰਮ ਚਾਹ ਚਾਹ ਓਏ ਇਹ ਫੇ ਤਾਂ ਨੇ ਓਏ ਇੰਸਪੈਕਟਰ ਜੇਦੇ ਵਾਲਾ ਕੇ ਚੋਰ ਪਕੜੋ ਇਹਨਾਂ ਨੂੰ ਆਓ ਵੇ ਮੈਨਾਂ ਜਲਦੀ ਆਓ ਪਕੜ ਕੇ ਤੂੰ ਮੇਰੇ ਕੋਲੋਂ ਖੰਮ ਗਿਆ ਹੋ ਮੈਂ ਲੈ ਲਾ ਕੇ ਚੋਰਿਆ ਚਲੋ ਓਏ ਵੱਲ ਵੀ ਜਲਦੀ ਕਰ ਪਰ ਤੂੰ ਮੇਰੇ ਸਿਰ ਤੋਂ ਖੜਾ ਰਸ ਚਲ ਚਾਹ ਵਾਂ ਤੇ ਇੱਕ ਕੱਪ ਚਾਹ ਦਾ ਖੰਮ ਕੇ ਆ ਮੇਰੇ ਵਾਸਤੇ ਸਿਰ ਹੁਣੇ ਖੰਮ ਕੇ ਸਾਡੇ ਇਲਾਕੇ ਤੇ ਚੋਰੀਆਂ ਨਾ ਜੀ ਉਹਦਾ ਚੋਰ ਕਹਿੰਦੇ ਸੀ ਚੋਰ ਕਹਿੰਦੇ ਉਹ ਤੁਸੀਂ ਸੈਰ ਕਰਨ ਦੇ ਵਾਸਤੇ ਸੀ ਸੈਰ ਕਰਨ ਦੇ ਵਾਸਤੇ ਹਾਂ ਕਿ ਸਾ ਚੋਰ ਹੈ ਤੇ ਅੱਛਾ ਨਾ ਹੈ ਮਦਾ ਕਰਮੂ ਨਾ ਹੈ ਮੈਂ ਕਦੇ ਪਾਲਕ ਨਹੀਂ ਪਕਾਈ ਉਹ ਜੋਲ ਕੇ ਤੋਕ ਵਾਸਾ ਚੱਲ ਕੇ ਖਵੇ ਨੇ ਤਾਰੀ ਕਿਦ ਮੱਤੀ ਸੀ ਓਏ ਮੈਂ ਦੇਸੀ ਮੁਰਗੀ ਖੋਸਾ ਓਏ ਮੈਂ ਬੁੰਨਾ ਖੋਸਾ ਤੱਕ ਨੂੰ ਹਾਂ ਕੋ ਬੁੰਨੇ ਦੇਸੀ ਮੁਰਗੀ ਚੰਗਾ ਬੰਦਾ ਹੈ ਕਿਦੋਂ ਕਿ ਚੰਗਾ ਬੰਦਾ ਜਿਲੂ ਓਏ ਗੱਲ ਸੁਣ ਤੂੰ ਸਾਡੀ ਹੋਈ ਇਹਦੇ ਵੰਜੋ ਪੀਆ ਕੋ ਚੋਰ ਦੇਖੋ ਮੈਂ ਇਹਨਾਂ ਦੀ ਕਿਸਮਤ ਕੀਤੀ ਆ ਚੋਰੀ ਚੋਰੀ ਬਸਤੀ ਪੂਰੇ
ਨਾਜ਼ੀ ਦਾ ਚੋਰ ਕਹਿ ਨਹੀਂ ਅਸਾਂ ਤਾਂ ਭੱਜਣ ਦੁੱਕਣ ਖੇਡਦੇ ਪਿਆ ਕੇ ਅੱਛਾ ਯਾਰ ਸਹੀ ਆਹੀ ਆ ਚੋਰ ਆਦੇ ਕਿ ਮੈਂ ਚੋਰੀ ਕੀਤੀ ਸਹੀ ਉਹ ਤੇ ਆ ਗਿਆ ਸੋ ਤੁਹਾਡੀ ਮੈਂ ਕਿ ਖਿਦਮਤ ਕਰੇ ਸੋ ਇਹ ਕਿ ਖਿਦਮਤ ਹੈ ਸੋ ਕੋ ਪਕੜੀ ਬੱਦੇ ਹੋ ਸਾਡੀ ਖਿਦਮਤ ਕਰੇ ਨੇ ਹੈ ਪਹਿਲਾਂ ਕਹਿੰਦਾ ਉਹਦਾ ਸਾਹਮਣੇ ਨੇ ਖਿਦਮਤ ਕਰੋ ਮੈਂ ਕਹਿੰਦਾ ਸੁਜਾਨ ਗਿਲ ਸੀ ਆਪਣਾ ਬਾਕਫ ਕਰ ਓਏ ਜਲਦੀ ਹੋ ਓਏ ਨਾ ਹੈ ਮੇਰਾ ਕਰਮ ਨਾ ਮੈਂ ਕਦੀ ਪਾਲਕ ਨਹੀਂ ਪਕਾਈ ਮੈਂ ਤਾਂ ਅੱਜ ਪਾਲਕ ਦੀ ਨਾ ਨਹੀਂ ਖਵੇਂਦਾ ਤੂੰ ਚੱਲ ਤੇ ਸਹੀ ਕੱਲੂ ਡਰ ਹੁਣ ਸਾਰੀ ਖਿਦਮਤ ਥੀ ਸੀ ਪਹਿਲੇ ਮੈਂ ਖੋਸਾਂ ਵੇ ਪਹਿਲੇ ਮੈਂ ਖਾਦਾ ਨਾ ਪਹਿਲੇ ਤਾਂ ਖਾਦਾ ਹੁਣ ਮੈਂ ਖੋਸਾਂ ਮੈਂ ਖਾਦਾ ਪਹਿਲੇ ਯਾਰ ਓਏ ਨਾ ਭਿਓ ਤੂੰ ਐ ਕਿੱਥੇ ਕਵਾ ਓਏ ਤੂੰ ਕਿੱਥੇ ਕੋ ਚੰਗੀ ਤੇ ਨਿਸ਼ਾਨ ਗੇਨੋ ਵਾਲਾ ਓਏ ਚਾਹਦਾ ਨਾ ਨਵਾਂ ਚਿੱਤਰ ਬਣਾਏ ਓਏ ਨਵੀਂ ਦੇ ਸੇ ਉਹ ਨਵੀਂ ਦੇ ਸੇ ਉਹ ਚਿੱਤਰ ਇਹ ਚਿੱਤਰ ਕੀ ਹੋ ਸੀ ਓਏ ਬਹੁਤ ਚੰਗੀ ਹੁੰਦੀ ਹੈ ਇਹ ਪੁੰਨਾ ਪੀਸ ਹੋ ਸੀ ਪੁੰਨਾ ਪੀਸ ਓਏ ਬੜ ਪੀਸ ਗਿੱਦਿਆ ਕੀ ਬਲਾ ਗੇ ਨਹੀਂ ਪਹਿਲੇ ਕੌਣ ਖੋ ਸੀ ਇਹ ਖਾਓ ਨੇ ਪਹਿਲੇ ਤੂੰ ਖਾ ਮੈਂ ਤੂੰ ਖਾ ਆ ਇਹ ਪਠਾਨ ਨਹੀਂ ਖਾਦੀ ਬੰਦੇ ਖਾਤਰ ਮੈਂ ਹੁਣੇ ਕਰੇ ਨਾ ਮੇਰਾ ਯਾਰ ਯਕੀਨ ਕਰ ਪਹਿਲੇ ਮੂੰਹ ਖਾ ਦੀ ਖੜੇ ਸਾਰਾ ਪੁੱਤਰ ਉਹ ਸ਼ੇਰ ਲੱਗਾ ਹੈ ਇਹ ਕਿਹੜੇ ਕੰਮ ਤੇ ਲੱਗ ਗਿਆ ਤੂੰ ਕਹਿੰਦਾ ਕੋਦਾ ਸੀ ਅਸਾਂ ਤੇ ਭੱਜਣ ਦੁੱਕਣ ਖੇਡਦੇ ਪਿਆ ਸੀ ਤੇ ਚੋਰ ਚੋਰ ਦੀ ਆਵਾਜ਼ ਸੁਣ ਕੇ ਇਹਦੇ ਬੰਦੇ ਸਾਕੂ ਪਕੜ ਗਏ ਸਹੀ ਚੋਰ ਕਹਿ ਨਹੀਂ ਅਸਾਂ ਸਰਦਾਰ ਸਾਹਿਬ ਇਹ ਤਾਂ ਪਠਾਨ ਦੀ ਚੋਰੀ ਕੀਤੀ ਨੇ ਸਾਰੀ ਸੁਲਤਾ ਤੂੰ ਸਾਂ ਇਕੱਠੀ ਆਈ ਉਹਨੇ ਨੇ ਕੁਥੇ ਮੌਕੇ ਤੇ ਮਾਰ ਸੱਚਣਾ ਕਰ ਮੈਂ ਪਹੁੰਚਦਾ ਨਾ ਦਾ ਨਾ ਸੀ ਨਾ ਸਰਦਾਰ ਸਾਹਿਬ ਚੋਰੀ ਕੀ ਦੇ ਬੰਦੇ ਕੀਤੀ ਹੈ ਇਹਦਾ ਸੁੱਕਾ ਸੀ ਭਾਈ ਮੇਰੀ ਕਮੀਜ਼ ਲਾਹ ਕੇ ਫੱਜ ਗਏ ਤੋ ਗਲਤ ਫਹਿਮੀ ਥਈ ਸੀ ਇਹ ਮੇਰੇ ਆਪਣੇ ਮੁਲਾਜ਼ਮ ਹੈ ਟੈਨਸ਼ਨ ਨਾ ਗਿਨੋ ਵਜੋ ਥਣਦਾਰ ਸਾਹਿਬ ਵਾਸਤੇ ਜਨਾ ਪਾਣੀ ਨੂੰ ਗਿਨੋ ਸਹੀ ਬੜਾ ਦਿਲ ਨਾਲ ਕੁੱਟੇ ਦਿਨ ਸਹੀ ਅੱਛਾ ਚਲੋ ਠੀਕ ਹੋ ਜਾ ਸਾਡੀ ਕੰਢ ਛਿਲ ਰੱਖੀ ਹੈ ਦੇਖੋ ਤੇ ਸਹੀ ਮੈਂ ਕੋਈ ਜਾ ਦਿਓ ਵਲ ਮੈਂ ਹਾਜ਼ਰ ਹਾਂ ਸੀ ਪਾਣੀ ਆਉਂਦਾ ਬੜੀ ਮਿਹਰਬਾਨੀ ਸੀ ਬੜੀ ਮਿਹਰਬਾਨੀ ਬਸ ਇਜਾਜ਼ਤ ਸਹੀ ਬੜੇ ਜਲਦੀ ਆ ਜੀ ਬਸ ਪਤਾ ਦੇ ਸੀ ਇਹ ਇੱਕ ਛੋਟਾ ਜਿਹਾ ਮੇਰਾ ਬਿੱਲ ਹੈ ਸਰ ਇਹ ਮਿਹਰਬਾਨੀ ਕਰੇ ਸੋ ਸ਼ਫਕਤ ਕਰੇ ਸੋ ਕੋਈ ਗੱਲ ਨਹੀਂ ਕੋ ਜ਼ਰਾ ਪਰਵਾਹ ਕਰੋ ਆਏ ਰਿਤਾ ਔਰ ਤੇ ਆ ਕੀ ਆਇਆ ਹੋਇਆ ਰਿਤਾ ਤੋ ਦੌਰ ਸੋ ਇਹ ਤੇ 120,000 ਰੁਪਏ ਦਾ ਬਿੱਲ ਹੈ 20,000 ਦਾ ਜੀ ਹਾਂ ਸਹੀ ਫੈਕਟਰੀ ਦਾ ਬਿੱਲ ਆਨੇ ਤਾਂ ਕਿਵੇਂ ਭਾਈ ਮੈਨੂੰ ਪਤਾ ਲੱਗਦਾ ਘਰ ਤੇ ਫੈਕਟਰੀ ਦਾ ਮਿਕਸ ਬਣਾ ਕੇ ਘੇਨਾ ਅੱਛਾ ਚਲੋ ਬਾਹਰ ਛੋੜੇ ਨੇ ਤੋਰੇ ਅਜ਼ਾਬ ਭੋਗਣੇ ਪੋਦੇ ਮੈਂ ਕੋ ਸਰਦਾਰ ਸਾਹਿਬ ਉੱਥੋਂ ਸਭ ਤੋਂ ਨੇ ਕਿਤੋਂ ਤੋਂ ਕੋ ਬਿੱਲ ਤੋਂ ਨੇ ਇਹ ਅਸਪੈਕਟ ਤੋਂ ਖਰਾਬ ਬੰਦਾ ਹੀ ਵੇ ਚਲੋ ਵਾਂਝ ਵਾਂਝ ਬਕਵਾਸ ਨਾ ਕਿਤੇ ਕਰ ਜਾਦਾ ਇਹ ਹਾਲਾਤ ਅੱਜ ਕੱਲ ਦੇ ਲੋਕ ਨੇ
ਸ਼ਾਦੂ ਦਾ ਜਿਹੜਾ ਪਿਓ ਹੈ ਨਾ ਉਹ ਹੀ ਮੇਰੇ ਪਿਆਰ ਦਾ ਦੁਸ਼ਮਣ ਹੈ। ਅੱਜ ਸ਼ਾਦੂ ਕੋਲ ਇੱਕ ਉਹ ਵੀ ਮੈਂ ਨਖਰੇ ਕਰੇਂਦੀ ਹੈ ਜਿਵੇਂ ਉਹ ਕੋ ਪਸੰਦ ਨਾ ਕਰੇਂਦੀ ਹੋਵੇ। ਮੇਰੇ ਕੋ ਪਤਾ ਹੈ ਵਿੱਚੋਂ ਵਿੱਚੋਂ ਸ਼ਾਦੂ ਦਾ ਦਿਲ ਮੇਰੇ ਉੱਤੇ ਹੈ। ਜਦੀ ਕਰ ਮੈਂ ਦੱਸੂੰਗਾ ਸ਼ਾਦੂ ਮੈਨੇ ਖਾਬੇ ਚੰਦੀ ਹੈ। ਦੇਖੋ ਸ਼ਾਦੂ 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 ਮਾਇਆ ਮਾਇਆ ਤੂੰ ਫੁੱਲ ਹੈ ਗੁਲਾਬ ਦਾ ਅਸਾ ਕੋਈ ਗੁਲਾਬ ਕਨੂੰ ਖੱਟ ਹੈ ਅੱਜ ਖਰਚ ਕੇ ਛਾ ਸਕੂਨ
सोनी गई मेरी थी नाल खेते पेके तू चार दी टुकर ही बचा अत दिमाग ही बचा ओए कौन खबीस आ गए ये जे वेले अंदर दरवाजा खड़काए सी कौन आ गए ओप ना भन दरवाजा आंदा पिया ओ सही 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 खान साहब खान साहब खान साहब वाह सही वाह सही भाभी भाभी क्या ले खेले खुशे चलो 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 शाबाश चलो 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 ओ ओ ओ ओ बिस्मिल्लाह खान साहब बिस्मिल्लाह ओ ओ ओ मेहरबानी मेहरबानी ओ मेहरबानी ओ करमुआ ओ बाप बस खगड़ा जावा ओए अच्छा तू मेहमान है नजर नहीं आती मौके पेके तेरी भरजाई आदि बैठी है कि मैं अपनी बिरानी नाल गाल कर रही हां अच्छा अच्छा अफा हां ए पानी लगा नहीं वसाए दे घर भरा मां वसाए दे घर भरा ते भावे दीवार दे घरवा पानी भरा भाई 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 छोटा पागल धुत दा धुते सही मच्छर खावण ते जोर लाड प्यार जो ढेर दिते वे हां सी लाड लाड छोड़ी सी हां अब याद सो सी बस खैन वाला साए हैं अच्छा हां मेरी घर वाली आई है तेरी घर वाली को मिलन मेरे ख्याल तक हाल दा पता लग गया उसे हां मैं को दसया हां सोनी सारे हवाल दिते दादी खुशी थई है मेरे को पर अदा तेको पता है कि आज दे महंगाई दे दौर दे विच बाल पलना ते उने पढ़ावना बहुत मुश्किल थी दे हां सी बिल्कुल बिल्कुल पर एक खर्चे कर के मैं अपने बाल को बड़ी तालीम दीती है जी हां ज्यादा खर्चा किते नी जी हां सी बस सी आजकल ता अजीब दौर आ गए जेरे खारे च थी होवे ना सी जी हां बस हूं खारे ता हर बंदे ने दीदा लग्या पियो ने जो थी दा रिश्ता भी डेडे में ते नाल माल मड्डी भी डेडे में इयो जे लालची लोगे ने साडी थीरे को धरिए बुढड़ा का छोड़े लानत भेजो सी लालची दे लानत भेजो हजार बार भेजो बिल्कुल मैं तो दोस्त को अपनी रिश्तेदारी बदलना आया ए यादा दा सडू भिरा जो है ना अपनी रिश्तेदारी रिलीज बनयो ए ता हाँ। चंगा सोचे ए खोकर मु पानी भरन के हुन ते नहीं आया पता नहीं केरे मार के हां मैं पानी खेना नहीं हां हां अब पहले तेकु ना पिलावा पुत्र पहले तू भी तेकु सा चढ़या मेरे मेहमान को पिला अच्छा सही अब्बा इन्ने वास्ते चाह ना खेना वा जेड़ा तेकु आख्या वंजे जितना आख्या वंजे उतना कीता कर अच्छा चाह दा पतेला अच्छा ठीक है दे पानी देने को पानी पियो सी पानी बिस्मिल्लाह पानी दी खैर है सी पानी रख ना सी पानी दी गाली मिठे ते कर ने तो सा मिल पावे मिठा दा गिनो चाचा गिनो गिनो ओ पानी भी पी के जे सी मैंने चाह की देंदा है मैं ते को भी समझी बैठा ते तेरी नीयत को भी समझी बैठा क्या क्या मतलब मेरा मतलब है सही के जी सोनी जी मैं आप सोने माशाल्लाह में पर नहीं ताई सोना अल्लाह ताको बात शाद रखे जोड़ी सलामत रहे अल्लाह करे बस आमीन आमीन बस हां तू सा ओ बाकी मेरी गाल समझी बैठे हो सो तू सा हां चंगी तरह समझी बैठा गाल है के हुन तुसा जो ना ए तारीख पक्की करो बस मैं कहीं शादी कमी ना थी वंदे सा उसी तारीख तुसा कल दी रागी नो तारीख चांद दी 14वीं जेरी आई खड़ी हुंदी रागी किनो सोना दी है जुमरात उसी हां ए ठीक लेकिन वो शरीक वाली गाल जरा कि ज़हन में रखे सो बेफिक्र थी मैं तेरे शरीक खुश करे सा एक गाल भला हां बिल्कुल बाकी हम तारीख पक्की रखो मैं आदा चांद दी 14वीं ठीक है चलो ठीक है इने चांदी 14 ठीक है जे मेरी जाल वाल को तारीख आगे ते पीछे ते कर दीती ओनु तो सारे सा दसाड़ी वे ओई दसाड़ी वे जे बाल पढ़या लिखा है ते ओ ए गाली दस देवे जेरे मैं तो दसे
ਆਹ ਤਾਂ ਮੈਂ ਸੁਣ ਗਈ ਤੇ ਹੁਕਮ ਤੇ ਸਾਰੇ ਸਾਂ ਬਸ ਮੈਂ ਕੋਈ ਇਜਾਜ਼ਤ ਦਿਓ ਸ਼ਰੀਕੇ ਵਾਲਾ ਕੰਮ ਹੀ ਠੀ ਵੈਸੇ ਸ਼ਰੀਕੇ ਵਾਲਾ ਕੰਮ ਹੀ ਠੀ ਵੈਸੇ ਹਾਂ ਬਾਕੀ ਤੁਸਾਂ ਯਾਰ ਬਾਤ ਸਹੀ ਤੇਰੀ ਕੋਈ ਖਿਦਮਤ ਨਾ ਕੀਤਾ ਆਪ ਸਮਝਦਾਰ ਵੇ ਇਹ ਬਾਜੀ ਮਿੱਠਾ ਜਾ ਲਾਇਆ ਸਾਡੇ ਵਾਸਤੇ ਇਹ ਬੋਂ ਕੋਚ ਹੈ ਹਾਂ ਹਾਂ ਭਾਬੀ ਆਵੇ ਸੀ ਨਾ ਹਾਂ ਹਾਂ ਪਿੱਛੇ ਵਾਲਾ ਆਉਂਦੇ ਵੇਂਦੇ ਰਹੇ ਸੀ ਹਾਂ ਹਾਂ ਇਹ ਘਰ ਬਾਹਰ ਨਾ ਬਾਹਰ ਮਦਰ ਨਜ਼ਰ ਆਉਣਾ ਚਾਹੀਦਾ ਕਿਉਂਕਿ ਬਰਾਤੀ ਆਉ ਸੇ ਨਾ ਦੇਖ ਸੇ ਦੇਖ ਸੇ ਮੈਂ ਆਦਾ ਤੁਸਾਂ ਫਿਕਰ ਹੀ ਨਾ ਕਰੋ ਜਿਤਨੇ ਬਾਰੇ ਬਰਾਤੀ ਤੁਹਾਡੇ ਆਸੇ ਨਾ ਖੁਸ਼ ਕਰਤੇ ਵਿਜੇ ਸਾ ਸਾਰੇ ਬਸ ਭਾਵੇਂ ਮੈਂ ਕੋ ਖੁਸ਼ ਕਰਾਇਆ ਤੇ ਬਾਕੀ ਆਪ ਸਮਝਦਾਰ ਹੀ ਵੇ ਆ ਬਸ ਠੀਕ ਹੈ ਵਿਜੇ ਮਾਸ਼ਾਅੱਲਾ ਮਾਸ਼ਾਅੱਲਾ ਠੀਕ ਹੈ ਵਾਲਾ ਅੱਛਾ ਅੱਲਾ ਨੇ ਦੀ ਚੋਲੀ ਮੁਬਾਰਕ ਹੋ ਖੈਰ ਮੁਬਾਰਕ ਤੁਹਾਨੂੰ ਮਨ ਮੈਂ ਤੁਹਾਡਾ ਮੂੰਹ ਨਾ ਮਿੱਠਾ ਕਰਾ ਸਕੇ ਬਸ ਮਜਬੂਰੀ ਹੈ ਥੋੜਾ ਮਿੱਠੇ ਗਾਲੀ ਜੋ ਕਿਤੇ ਨਹੀਂ ਮਿੱਠਾ ਮੂੰਹ ਠੀਕ ਹੈ ਹਾਂ ਠੀਕ ਹੈ ਠੀਕ ਹੈ ਬਾਕੀ ਉਹਨਾਂ ਦਾ ਖਿਆਲ ਰੱਖੋ ਆਹਾ ਉਹ ਮੈਂ ਖਿਆਲ ਰੱਖੇ ਸੀ ਠੀਕ ਹੈ ਅੱਲਾ ਹਾਫਿਜ਼ ਅੱਲਾ ਬੀਬੀ ਠੀਕ ਹੈ ਚਾਂਦੀ ਚੌੜਾ ਇਹਦਾ ਮਤਲਬ ਹੈ ਹੁਣ ਕੰਮ ਬਹੁਤ ਜਲਦੀ ਕਰਨਾ ਪਊਗਾ ਸ਼ਾਹਰੂਆਂ ਤੇ ਜ਼ੇਵਰ ਸ਼ੇਵਰ ਹੀ ਬਣਾਉਣਾ ਪਊਗਾ ਅੱਛਾ ਚਲੋ ਸੋਹਣੀ ਆ ਵਣੀ ਓਹੋ ਅਗਰ ਮੈਂ ਇਹਨਾਂ ਦੀ ਸਫਾਈ ਨਾ ਕਰਾਂ ਤਾਂ ਪਤਾ ਨਹੀਂ ਇਹਨਾਂ ਦਾ ਕੀ ਹਾਲ ਕੀ ਹੋਇਆ ਸੀ ਕੀ ਹਾਲ ਹੈ ਸ਼ਾਦੋ ਬਾਜੀ ਆਦੀ ਤੂੰ ਜਿਆ ਕਿਵੇਂ ਆਇਆ ਵਦੇ ਆਦੀ ਬਾਜੀ ਦੀ ਸ਼ਾਦੀ ਹੈ ਕੱਲ ਉਹਨੇ ਆਖੇ ਤੂੰ ਸਲਾਜ਼ਮੀ ਆਵਣੇ ਹਾਂ ਹਾਂ ਆਦੀ ਸ਼ੈਸ ਤੱਕ ਕੋ ਕਿ ਮੈਂ ਜ਼ਰੂਰ ਆਸਾ ਹੁੰਦੀ ਸ਼ਾਦੀ ਤੇ ਅੱਛਾ ਬਾਜੀ ਮੈਂ ਵੇਂਦਾ ਪਿਆ ਹਾਂ ਤੇ ਆਦੀ ਪਾਣੀ ਤੇ ਪੀ ਹਾਂ ਬਾਜੀ ਮੈਂ ਵੇਂਦਾ ਪਿਆ ਹੱਕ ਹੋ ਹੱਕ ਬਾਬਾ ਸਹੀ ਬਾਬਾ ਸਹੀ ਹੱਕ ਹੋ ਹੱਕ ਬਾਬਾ ਸਹੀ ਮੇਰੀ ਗੱਲ ਤੇ ਸੁਣੋ ਆਪਣੇ ਮੁਰਾਦਾ ਪੂਰਿਆ ਕਰਵਾ ਗਿਨੋ ਬਾਬਾ ਬੜਾ ਪਹੁੰਚਾ ਹੱਕ ਹੋ ਹੱਕ ਬਾਬਾ ਸਹੀ ਹੱਕ 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 ਬਾਬਾ ਜਲਾ ਦੇ ਚਾ ਗਈ ਹੱਕ 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 ਬਾਬਾ ਵੀ ਜੇ ਕੋ ਜਲਾ ਲਈ ਨੰਬਰ ਦਿਓ ਮੈਂ ਬੜਾ ਉਸੇ ਕਰੇ ਪਰਸੀ ਖੇਡਦਾ ਪਿਆ ਮੇਰਾ ਇਨਾਮ ਕਾ ਨਹੀਂ ਨਿਕਲਦਾ ਪਿਆ ਬਾਬੇ ਕੋ ਪੁੱਠੇ ਕੰਮਾਂ ਤੇ ਨਾ ਲਾ ਬਾਬਾ ਹੀ ਹੋਣੇ ਨੰਬਰ ਕਾ ਨਹੀਂ ਦੇਣਾ ਉਹਦਾ ਕਹਦੇ ਕੋ ਆ ਕੇ ਬਾਬਾ ਪਰਚੀ ਜੂਆ ਖਿਰਵੇ ਨੇ ਮੈਂ ਕੋ ਤਾਂ ਨਸੇ ਬਾਬਾ ਬੂ ਪਹੁੰਚਾ ਹੈ ਜਿਹੜੀ ਸ਼ਮ ਉਹ ਕਰ ਦੇ ਨਾ ਪੂਰੀ ਥੀ ਵੇਂਦੀ ਹੈ ਪੂਰੀ ਥੀ ਵੇਂਦੀ ਹੈ ਪੈਸੇ ਚੋਖੇ ਨਹੀਂ ਜੇਬ ਵਿੱਚ ਪੈਸੇ ਦੀ ਗੱਲ ਬਾਅਦ ਵਿੱਚ ਕਰੇ ਸੋ ਪਹਿਲਾਂ ਮੈਨੂੰ ਨੰਬਰ ਦਿਖਾ ਹੱਕ 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 ਉਹ ਕੱਲ ਨੰਬਰ ਦਿਖਾ ਕੇ ਅੱਛਾ ਇਹ ਦਫਾ 1122 ਲੱਗਦਾ ਪਈ ਓਏ 1122 ਲੱਗਦਾ ਪਏ ਉਹ ਕਿਆ ਨਾਗਨ ਕੀ ਦੇਵੇ ਉਹ ਤੇ ਲੱਗੇ ਬੰਦੇ ਕੋ ਚਾਂਦੀ ਰਾਂਦੀ ਏ ਇਹ ਦਫਾ ਤੇ ਕੁਤੇ ਸੀ ਬਾਬਾ ਕੀ ਹੋ ਜੀ ਗਾਲੀ ਮੂੰਹ ਕੱਢੇ ਨਾ ਪਈ ਕੋ ਚੰਗੀ ਗੱਲ ਮੂੰਹ ਕੱਢ ਬਾਬਾ 11 22 ਲੱਗਦੀ ਚੋਖੇ ਦਾ ਇਨਾਮ ਨਿਕਲ ਸੀ ਜਿਤਨੇ ਦਾ ਖੇੜ ਸੇ ਉਤਨੇ ਦਾ ਲੱਗਸੀ ਅੱਛਾ ਬਤੀ ਮੈਂ ਕਰੂ ਦਲਦੀ ਨੂੰ ਮੈਨੂੰ ਪੈਸੇ ਦੋ ਮੈਂ ਵਨ ਕੇ ਪਰਚੀ ਘਿਨਾ ਦੁਕਾਨ ਬੰਦ ਨਾ ਥੀ ਮੰਨੇ ਪੈਸੇ ਬਾਬਾ ਦੇਵੇ ਹਟ ਬਾਬਾ ਮੇਰੀ ਗੱਲ ਸੁਣ ਨੰਬਰ ਤੋੜੇ ਨਾ ਪਈ ਪੈਸੇ ਤੋੜੇ ਸੇ ਬਾਬੇ ਕੋਲ ਕੋਈ ਪੈਸੇ ਕਹਿ ਨਹੀਂ ਬਾਬੇ ਕੋ ਪੈਸੇ ਦੇ ਸੇ ਦਾ ਨੰਬਰ ਲੱਗਦੀ ਮੈਂ ਉਤ ਲੋਕੇ ਕੋ ਸਾਰੇ ਸਾ ਬਾਬਾ ਠੱਗੇ ਨਾ ਬੰਦੇ ਮੈਂ ਸਾਰੀ ਤੇਰੇ ਰਾਤ ਖੋਲਦੇ ਸਾਂ ਹਾਂ ਪੈਸੇ ਕੱਢ ਪੈਸੇ ਇਹ ਕਹਿੰਦਾ ਰੁਪਏ 11 22 ਖੇਡ ਲੱਗਵੇ ਸੀ ਆ ਬਾਬਾ ਸੀ ਆਕੜਾ ਤੇ 500 ਦਾ ਮਿਲਦੇ ਜਿਤਨਾ ਥੋੜਾ ਖੇਡ ਸੇ ਉਤਨਾ ਜ਼ਿਆਦਾ ਲੱਗਦੀ ਲਾਲਚ ਨਾ ਕਰ ਲਾਲਚ ਨਾ ਕਰ ਉਹ ਤੇ ਤੁਹਾਡੀ ਗੱਲ ਠੀਕ ਹੈ ਬਾਬਾ ਸੀ ਮੇਰਾ ਇਨਾਮ ਲੱਗ ਵੈਸੀ ਨਾ ਅੱਧਾ ਇਨਾਮ ਮੈਂ ਤੇ ਕੋ ਦੇਸਾ ਬਾਬੇ ਕੋ ਜੂਏ ਤੇ ਨਾਲਾ ਨਿਕਲਣ ਵਾਲਾ ਕੰਮ ਕਰ ਹਟ 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 ਬਾਬਾ ਜੀ ਜੇ ਮੇਰਾ ਇਨਾਮ ਨਾ ਨਿਕਲ ਨਾ ਮੈਂ ਪੂਰੇ ਪੇੜ ਕਰੇ ਤੇ ਗੁੱਟੇ ਮਰਵੇਸਾ ਨੀਤਾ ਫੂਤੀ ਨਾ ਹੈ ਮੇਰਾ ਤੇਰਾ ਨਾ ਨੀਤਾ ਫੂਤੀ ਹੈ ਅਜਿਹਾ ਵੀ ਤੇਰੇ ਦਾ ਨਾਮ ਵਲ ਕੀਤਾ ਫੂਤੀ ਹੋ ਸੀ ਓਏ ਅੱਬੇ ਮੈਨੂੰ ਕੋ ਵੇਚਣਾ ਘੇਨਾ ਹਟ ਹਟ ਨਿਕਲਣ ਵਾਲਾ ਕੰਮ ਕਰ ਆਸ਼ੇ ਖਾਨ ਇਹ ਕੋ ਕੰਜੂਸਾਂ ਦੀ ਬਸਤੀ ਆਈ ਇੱਥੋਂ ਪੈਸੇ ਖਿੰਨਣ ਵਾਲੇ ਆ ਗਏ ਉੱਠੀ ਤੇ ਨਿਕਲਣ ਵਾਲਾ ਕੰਮ ਕਰ ਕੋ ਭਾਈ ਬਸਤੀ ਤਾ ਪਮਾ ਹੋਲੇ ਜੂਆ ਦੇਖ ਮੇਰੇ ਵਾਲ ਹੀ ਪਟੇਨੀ ਪਈ ਤੂੰ ਸਾਰੇ ਹਾਂ ਪੁੱਤਰ ਜੂਆ ਤਾਂ ਬਹੂ ਐਂ ਕਰੀ ਧਾ ਆਈ ਕਿਦਾ ਕਾ ਧਾਵਾ ਕੀ ਮੈਂ ਧਾਰੇ ਚ ਪਾਣੀ ਨਹੀਂ ਆਉਂਦਾ ਕੱਸਿਆ ਸਾਰੀ ਸੁੱਕੀ ਪੈਣ ਅੜੀ ਇਹ ਕਿਆ ਕੱਟ ਕੱਟ ਤੇ ਖਾਂਦੀ ਪਈ ਖਾਂਦੀ ਨਹੀਂ ਮੀ ਬੈਠੀ ਜੂ ਅਮਰੇ ਦੀ ਬੈਠੀ ਤੂੰ ਖਾਨੇ ਅੱਲਾ ਤੇ ਕੋ ਨਸੀਬ ਕਰੇ ਓਏ ਇਹ ਤੂੰ ਕਿਆ ਕੰਮ ਪਕੜੀ ਗਈ ਹਾਂ ਮੈਂ ਕਿਆ ਕੀਤਾ ਮੈਂ ਅੱਬਾ ਇਹ ਜਿਹੜਾ ਤੂੰ ਨਈ ਵਾਲੀ ਦੁਕਾਨ ਖੋਲੀ ਬੈਠੀ ਹਾਂ ਓਏ ਕਹੀਂ ਦੀ ਅੱਧੀ ਮੁੱਛ ਮੁੰਨ ਤੇ ਆਦੀ ਜੋ ਇੱਕ ਚਾਈਨਾ ਸਟਾਈਲ ਹੈ ਕਹੀਂ ਦਾ ਅੱਧਾ ਸਿਰ ਮੁੰਨ ਤੇ ਆਦੀ ਜੋ ਅਮਾ ਅੱਬਾ ਸਟਾਈਲ ਓਏ ਬੰਦੇ ਦਾ ਪੁੱਤਰ ਬਣ ਕੰਮ ਕਰ ਚੰਗੇ ਕੰਮ ਕਰ ਕੋਈ ਸਾਰੀ ਬਸਤੀ ਮੇਰੇ ਪਿੱਛੋਂ ਲੱਗੀ ਪਈ ਏ ਅੱਬਾ ਤੇਰੇ ਵਾਸਤੇ ਮੈਂ ਇੱਕ ਨਵਾਂ ਸਟਾਈਲ ਗੋਲੀ ਪਿਆ ਕਿਹੜਾ ਸਟਾਈਲ ਓਏ ਓਏ ਹਿੰਦਵਾਣਾ ਕਟਿੰਗ ਇਹੋ ਸਟਾਈਲ ਨਾ ਆਪਣੀ ਮਾਂ ਦਾ ਚਾਪੜਾ
ویسے تے کوئی ہندوانا کٹے لکسی بہت سونی تے کو ڈاڈا چکسی ابا ایک میں کو 5000 روپے دے لے نام جس میری کچی تے ہاتھ رکھی میں تے کو 5 روپے نہ دیواں تے تو میں کو سیدھا سیدھا 5000 مانگی دی ابا میں لیلا کھنسا لیلا کیا واسطے کھنے بھر لیلا جڈا لیلا ویاہ سی نا میرے 5000 تے کو بلا دیسا اوئے کیڑی تیری مالی سائنس ہوئے جو لیلا بھی ہم سے نہ ویلا بھی ماں میں تے نہ تو میرے کو پیسے واپس کرے ابا اعتبار کہیں مرے ہوتے تیرے تے اعتبار کرنا میں میں تے میں تیرے ناسا نہ بھانڈے ہاں نہ ہے میں نہ کر منے میں کدی پالک نہیں پکائی ہاں تو کئی شے نہیں پکا سکدا میں دا سونا ابا ایویں نہیں کریندا میں کو 5000 روپے دے میں لے لکھنی دا وہ میں دا سڑے مراسی دا پترا مراسی اڑی میں کوئی تے دس پچھو مراسن تا نہیں چل وے اے شہر وان شہر وان تے کوئی کم کر میں کوئی گل نہ کر میں شہر دے سائیں پیا ہاں کیڑا جہڑا چرسی ہو جڑا تو شہر وے سی میری جان چھٹ سے ٹھیک ہے اگر تو سا میرے کول تنگو میں شہر وال وے نہ پیا تیاری کر نہ پیاں شہر ویندا پیا اڑی باجھیندے کپڑے بھیج گو ارے کیوں میرے پتر دے پیچھے پیا راندی مرے میرے پتر دے پیچھے پیا راندی مرے ایہ گل ایہ گل ہی کو خراب کیتی ویندے نہیں ایندے چھت چھتے دیکھ دے ایندے یہ چھتے دے ایتھے اماں کمرے دا پے چھتے دیکھ دے ایندے یہ چھتے چھتے لہا رکھے چھتے لہا رکھا میں یہ دیکھ چھتے دیکھ دیکھ بس اماں ماں اج دے بعد میں تا کھا نہ رہدا میں تیاری کو میں کپڑے نہ میں شاہ چھوڑ کے نہ شادو اماں کیا مسئلہ ہے ہٹے ویلے تو ابے نال لڑدی رانی ہے کئی ویلے تو میرے ابے کو سکھ دا ساگ نہ دیتا کر او میری تھی اینوں نے میں کو سکھ نصیب تھی سے ماشاءاللہ ماشاءاللہ اج میری تھی کتنی سونی پی لگی ہے ہاں شالا نظر نہ لگے سے ہاں اللہ نظر بد تو بچاوے سے جی پتر ابا اج میری سہیلی دی شادی ہے میں ہن گھر چلی ونجا میری تھی لکھواری ون میری طرف اجازت دی ون میری
अरे ओ चगली अभी ठीक है एदी पई जो मैं पालिश करे दा पिया भली झाड़ू खटी खरी तू अंधा ही मैं झाड़ भी दे दिया सारी मिट्टी मेरी जूते पे तोती है ता शूटिंग पे मने बड़ा शाहरुख खान शाहरुख खान शाहरुख खान ही मेरा बाली जरा तो पता कह दी अस्सलाम वालेकुम वालेकुम सलाम ओई को तो परे कर क्या करना पई यही तो मेरा पोला है ओ तेरे को बड़े बंदे दा इस्तकबाल करन नहीं आंदा ओ मैं सदके वजा सदके वजा मेरी बिल्कुल ठीक ठाक ना मेरा चाचा ठीक है हां ठीक है वाजी बात है चाचा मेरी बड़ा लश बस रंगीन सूट पाती खड़ी कहीं हम सही दा उधारी मांगे क्या मेरा कुत्ता कठे से ओला दा नाम चाचा तू तो आप कब्र दे मुर्दे दा कफन बेच के खावे नहीं ना तेरे पियू दा कफन नहीं पैवे चा क्या खड़ खड़ तेरे शीशे साफ करने मिट्टी पई पिए ओए चाचा ए बहुकीमती चश्मई अच्छा ई पाकिस्तान दे बड़े बड़े लोग ही को पाते अच्छा हां एक आम चश्मा ना समझी अच्छा नाले मैं कोई के आम बंदा ना समझी क्या है मैं पिंड सब तो बड़े सरदार हाकिम खान दा नौकर हां क्या नौकर नौकर ही ना जी हां वो नौकर ही ना फिर केड़ा हाकिम ही तू उसी हाकिम दा नाम दे नाल लगदे ना हाकिम दे नौकर है ओ मैं के चाची ओ मैं के कड़ी खेली कीता करो बिजली ਦਾ ਬਿੱਲ ਸਾਡਾ ਸਾਹ ਕੱਢੀ ਖੜੇ ਤੇ ਤੂੰ ਆਦੀ ਖੇਲੀ ਕੀਤਾ ਕਰੋ ਉਹ ਚਾਚੀ ਮੈਂ ਤਾਂ ਹੈਰਾਨ ਸੀ ਨਾ ਉਹ ਤਾਂ ਕੋ ਚਾਚੇ ਦਾ ਚਿਹਰਾ ਦੇਖ ਕੇ ਖੇਲ ਨਹੀਂ ਆਂਦੀ ਉਹ ਇਹ ਕੁੜੇ ਕਿਤੇ ਕੰਬਰ ਦੇ ਮੁਰਦੇ ਹੀ ਖੇਲ ਪਾਉਂਦੇ ਨੇ ਨਹੀਂ ਕੰਬਰ ਦੇ ਮੁਰਦੇ ਤੇ ਕੋ ਡਾਢੇ ਯਾਦ ਹੁੰਦੇ ਨੇ ਉਹ ਚਾਚਾ ਮੇਰਾ ਆ ਬਾਪ ਕਾ ਬਚ ਗਿਆ ਖੜੇ ਅੱਲਾ ਕਰੇ ਉਥੇ ਹੀ ਦੋਜ਼ਖ ਨਸੀਬ ਥੀ ਵੇਸ ਉਹ ਚਾਚਾ ਹੀ ਮੈਂ ਨਹੀਂ ਕਰੀ ਸੀ ਜਿਹੜਾ ਮਾਰ ਵੇਂਦੇ ਨਾ ਉਹ ਦੁਆੜ ਵੀਂਦੀ ਹੈ ਹਾਂ ਦੁਆੜ ਹੀ ਵੀਂਦੀ ਹੈ ਤੂੰ ਤਾਂ ਬਸੁਰ ਗਈ ਚਾਚਾ ਗੱਲ ਤੇ ਸੁਣ ਓ ਲਾਂਤਿਆ ਕੀ ਕਲਵਾਇਆ ਉੱਚਾ ਦਵਾਇਆ ਉੱਚਾ ਤਾਂ ਨੁਕਸਾਨ ਸੀ ਮਾਹ ਕੋ ਪਤਾ ਨਹੀਂ ਕੋ ਬਿਆ ਨੁਕਸਾਨ ਥਿਆ ਉਹਦੇ ਨੁਕਸਾਨ ਜਬ ਹੱਥ ਨਹੀਂ ਲਾਉਣਾ ਅੱਛਾ ਚਾਚਾ ਹੱਥ ਨਾਲ ਸੀ ਚਾਚਾ ਗੱਲ ਇਹ ਲਾਂਤੇ ਨੂੰ ਮੱਲਾ ਹੀ ਨਿਕਤਾ ਪੇ ਮੱਲਾ ਹੀ ਤੇ ਨਿਕਤਾ ਪੇ ਅੱਲਾ ਮਾਫ ਕਰੇ ਕਿਉਂ ਕਿ ਜਾਤ ਮੱਲੇ ਨਿਕਲ ਪੋਂਦੇ ਨੇ ਚਾਚਾ ਗੱਲ ਇਹ ਹੱਥ ਨਹੀਂ ਲਾਉਣਾ ਚਾਚਾ ਮੈਂ ਪਾਗਲ ਤਾਂ ਨਹੀਂ ਮੈਂ ਤੇ ਹੱਥ ਲਾਵਾਂ ਇਹੋ ਜੇ ਬੰਦੇ ਕੋ ਮੈਂ ਹੱਥ ਲਾਵਾਂ ਮੇਰੇ ਬੁਰੇ ਨਹੀਂ ਆਏ ਪੈਂ ਗਿਆ ਬਸ ਹੁਣ ਹੱਥ ਨਹੀਂ ਲਾਉਣਾ ਪਰੇ ਪਰੇ ਚਾਚਾ ਗੱਲ ਇਹ ਤੁਹਾਨੂੰ ਪਤਾ ਪਿਓ ਵੀ ਮੈਂ ਆਪ ਹਾਂ ਮਾਂ ਵੀ ਮੈਂ ਆਪ ਹਾਂ ਅੱਛਾ ਤੇ ਪੁੱਤਰ ਵੀ ਮੈਂ ਆਪ ਹਾਂ ਅੱਛਾ ਹਾਂ ਹੁਣ ਕੀ ਬਣਨ ਚਾਹਨੀ ਚਾਚਾ ਹਾਂ ਮੈਂ ਤਾਂ ਕੁਝ ਦੀ ਖੁਸ਼ੀ ਦੀ ਖਬਰ ਸੁਣੇ ਸਾਂ ਖੁਸ਼ੀ ਦੀ ਹਾਂ ਕੀ ਖਬਰ ਹੈ ਤੇ ਆਪਣੀ ਧੀ ਦਾ ਰਿਸ਼ਤਾ ਮੈਨੂੰ ਦੇ ਦੇ ਜਿੱਦੀ ਜਦਾ ਖੁਸ਼ ਥੀ ਪਈਆ ਉਹ ਤੂੰ ਤੁਹਾਡੇ ਉਹ ਧਾਰ ਉਹ ਚਾਚਾ ਤੈਨੂੰ ਪਤਾ ਮੇਰੇ ਮਾਂ ਪਿਓ ਕਹਿੰਦੇ ਮੈਂ ਕੌਣ ਨਾਲ ਰਿਸ਼ਤਾ ਮੰਗਣਾ ਸੀ ਆ ਜਨ ਤੂੰ ਆਪੀ ਮਾਂ ਆਪਣੀ ਪੁੱਤਰਾ ਵੀ ਤੇ ਸਾਰਿਆ ਬਣ ਉਹ ਚਾਚਾ ਇਹ ਬਾਲ ਤੇ ਨਾ ਪਿਆਇਆ ਮੇਰੀ ਗੱਲ ਸੁਣ ਚਾਚੀ ਸਿਫਾਰਿਸ਼ ਕਰ ਚਾਚਾ ਮੇਰੀ ਸ਼ਾਦੀ ਕਰਵਾ ਦੀ ਵਾ ਚਾਚਾ ਮੇਰੇ ਇਸ ਦੁਨੀਆ 'ਚ ਕੋਈ ਕਹਿੰਦੇ ਦੇਖ ਕਿਤਨਾ ਸੋਹਣਾ ਤੇ ਕੋ ਬੰਦਾ ਮਿਲਵੇ ਸੀ ਕਿ ਲੋਕ ਤਰਸਦੇ ਕਿ ਦਿੱਤਾ ਫੋਤੀ ਦਾ ਰਿਸ਼ਤਾ ਮਿਲੇ ਸਾਕੂ ਦਿੱਤਾ ਫੋਤੀ ਤੇਰੀ ਅੱਜ ਮੈਂ ਸਾਰੀ ਰਿਸ਼ਤਾ ਗਿਰਾ ਚਾਚਾ ਮੇਰੇ ਕੋਲ ਪਰੇ ਸੀ ਦਫਾ ਥੀ ਮੈਂ ਦਾ ਨਿਕਲ ਵਾ ਚਾਚਾ ਮੈਂ ਕੋ ਰਿਸ਼ਤਾ ਦੇ ਦਾ ਪਰੇ ਸੀ ਪਾਦਾ ਨਿਕਲ ਸ਼ਾਂਤੀ ਨਾ ਹੋਵੇ ਤਾਂ ਇਹ ਸਾਰੇ ਤੇਰੀਆਂ ਕੀਤੀਆਂ ਮੇਰੀਆਂ ਕੀ ਕੀਤੀਆਂ ਮੇਰੀਆਂ ਕੀਤੀਆਂ ਚਾਚਾ ਏ ਗੱਲ ਆਇਆ ਕੜੀ ਵੱਲ ਮੈਂ ਪੱਕਾ ਇਨਕਾਰ ਸਮਝਾਂ ਪੱਕਾ ਇਨਕਾਰ ਸਮਝਾਂ ਦੇਖ ਜਣਾ ਤੇ ਪੱਕਾ ਇਨਕਾਰ ਸਮਝਾ ਬੇਗੈਰਤ ਨਾ ਹੋਵੇ ਤਾਂ ਤੂੰ ਟੱਕੇ ਦਾ ਬੰਦਾ ਮੇਰੀ ਧੀ ਦਾ ਰਿਸ਼ਤਾ ਕਿਸੇ ਵਜ਼ੀਰ ਆਜ਼ਮ ਦੀ ਧੀ ਦਾ ਰਿਸ਼ਤਾ ਕਿੰਦਾ ਪੇ ਲਾਂਦੀ ਓਏ ਸ਼ੀਦੇ ਮੁਸਲੀ ਲੱਗਦਾ ਹੈ ਇਸ ਗੱਡੀ ਵਿੱਚ ਬਹੁਤ ਜ਼ਿਆਦਾ ਮਾਲ ਹੋਸੀ ਔਰ ਮੈਂ ਕੋ ਲੱਗਦਾ ਹੈ ਇਹ ਗੱਡੀ ਕੋ ਲੁੱਟਣ ਵਾਸਤੇ ਮੈਨੂੰ ਕੋਈ ਨਾ ਕੋਈ ਪਲਾਨ ਬਣਾਉਣਾ ਪਊਸੀ ਔਰ ਨਿਕਲ ਸ਼ੀਦਿਆ ਅੰਡਾ ਠੀਕ ਹੈ ਭਾਈ ਮਾ ਠੀਕ ਆ ਨਹੀਂ ਹੋਰ ਕੌਣ ਮੈਂ ਮੈਂ ਵਾਲੇ ਹੇਟਨੀ ਵਾਲੀ ਕਾਰ ਵਾਲੇ ਹਾਂ ਤੂੰ ਵੱਡਾ ਵੱਡਾ ਆਰਐਫ ਲੋਆਰ ਬਣਿਆ ਪਿਆ ਤੇ ਗਧੜੀ ਕੀ ਆਏ ਲੋਕੇ ਵੀ ਕਿਉਂ ਨਹੀਂ ਕੁਕੜੇ ਕੁਕੜ ਨਹੀਂ ਬੋਲ ਜੀ ਦੇ ਵਿੱਚ ਮੇਰੇ ਕੀਮਤੀ ਉਜ਼ਾਰ ਹਨ ਉਜ਼ਾਰ ਹਾਂ ਅੱਛਾ ਤੇ ਕੌਣ ਹੈ ਤਾਂ ਸ਼ਹਿਰ ਚ ਆ ਖਿੰਨਣਾ ਮੈਂ ਹੱਥ ਕਰਮੂ ਨਹੀਂ ਮੈਂ ਪਾਲਕ ਨਹੀਂ ਪਕਾਈ ਤੇ ਇਹ ਦੇਖ ਕਿਨੇ ਲਾਈ ਓਏ ਪੁੱਛੋ ਅੱਛਾ ਬੜਾ ਪਰੇਸ਼ਾਨ ਲੱਗਣਾ ਖੈਰ ਤਾਂ ਹੈ ਕੀ ਪਰੇਸ਼ਾਨੀ ਮੈਂ ਤਾਂ ਕਮਾਉਣ ਵਾਸਤੇ ਆਇਆ ਸੀ ਸ਼ਹਿਰ ਚ ਕਮਾਉਣ ਵਾਸਤੇ ਹਾਂ ਕੋ ਕੰਮ ਸੁ ਮਿਲਿਆ ਕਾਈ ਨਾ ਮੈਨੂੰ ਕੰਮ ਕੋਈ ਨਹੀਂ ਮਿਲਿਆ ਅੱਛਾ ਮੇਰਾ ਪਿਓ ਮੈਨੂੰ ਨਾਤ ਵਿੱਚ ਕਰ ਦਿੱਤੇ ਮੈਂ ਤਾਂ ਕਮਾਉਣ ਆਇਆ ਅੱਛਾ 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 ਗਾਲੇ ਵੇ ਮੇਰਾ ਫਿਰਾ ਕਰਮੂ ਨਹੀਂ ਫਿਰਾ ਨੂੰ ਕੰਮ ਹੀ ਮੈਂ ਦੇਸਾਂ
ਅਸੀਂ ਸ਼ਹਿਰ ਚ ਰੈਸ਼ ਵੀ ਮੈਂ ਦੇਸਾਂ ਠੀਕ ਹੈ ਮੇਰੇ ਕੋਲ ਅਸੀਂ ਤੇ ਅਮੀਰ ਕਰਦੇ ਸਾਂ ਫਿਰਾ ਕੋਲ ਲੱਖਾਂ ਪੱਤੀ ਕਰਦੇ ਸਾਂ ਠੀਕ ਹੈ ਕੰਮ ਮਿਲ ਨਹੀਂ ਸੀ ਨਾ ਹਾਂ ਕੰਮ ਮਿਲ ਗਿਆ ਸਮਝ ਯਾਦ ਰੱਖੀ ਮੇਰੇ ਸਾਰੇ ਦੋਸਤ ਆਉਂਦੇ ਪੈਣ ਜੀ ਹਾਂ ਸਹੀ ਕਹੀਂ ਕਿਸੇ ਦੀ ਕਮੀ ਨਹੀਂ ਹੋਣੀ ਚਾਹੀਦੀ ਸਹੀ ਮੈਂ ਵੀਆਈਪੀ ਪ੍ਰੋਗਰਾਮ ਹੋ ਸੀ ਤੁਹਾਡਾ ਦਿਲ ਖੁਸ਼ ਸੀ ਵੈਸੇ ਸਹੀ ਚਲੋ ਠੀਕ ਹੈ ਜੋ ਤੋਂ ਬਾਕੀ ਇੰਤਜ਼ਾਮ ਕਰਵਾਉਂਦਾ ਪਿਆ ਵੈਸੇ ਹੁਣੀ ਸਾਰੇ ਇੰਤਜ਼ਾਮ ਦੇਦਾ ਸਹੀ ਠੀਕ